ਪਿਆਰੀ ਨਾਜ਼ਰੀਨ ਸਤਿ ਸ੍ਰੀ ਅਕਾਲ ਤੇ ਤੁਹਾਨੂੰ ਸਾਰਿਆਂ ਨੂੰ ਪੰਜਾਬੀ ਪੋਲੀਵੁੱਡ ਦੇ ਪ੍ਰੋਗਰਾਮ ਦ ਗੱਲਬਾਤ ਸ਼ੋਅ ਦੇ ਵਿੱਚ ਨਿੱਕੀ ਜੀ ਆਇਆਂ ਨੂੰ। ਮੈਂ ਹਾਂ ਇਸ ਸ਼ੋਅ ਦਾ ਮੇਜ਼ਬਾਨ ਨਰਜੀਤ ਸਿੰਘ। ਦੋਸਤੋ, ਪਰਦੇ ਤੇ ਤੁਰੀਆਂ ਫਿਰਦੀਆਂ ਜ਼ਿੰਦਗੀਆਂ ਦੀ ਕਹਾਣੀ ਦਰਅਸਲ ਸ਼ੁਰੂ ਹੁੰਦੀ ਹੈ ਇੱਕ ਆਰਟਿਸਟ ਦੇ, ਇੱਕ ਫਨਕਾਰ ਦੇ ਮਨ ਦੇ ਵਲਵਲਿਆਂ ਦੇ ਵਿੱਚੋਂ, ਜਿਹਨੂੰ ਅਸੀਂ ਕਹਿੰਦੇ ਹਾਂ ਜੀ ਸਕ੍ਰਿਪਟ ਰਾਈਟਰ। ਦੋਸਤੋ, ਕਹਾਣੀ ਕੋਈ ਵੀ ਹੋਵੇ, ਫਿਲਮ ਕੋਈ ਵੀ ਹੋਵੇ, ਉਹਦਾ ਧੁਰਾ ਜਿਹੜਾ ਹੈ ਉਹਦੀ ਕਲਮ ਦੇ ਵਿੱਚੋਂ ਹੋ ਕੇ ਨਿਕਲਦਾ। ਸੋ ਐਸੀ ਹੀ ਇੱਕ ਸ਼ਖਸੀਅਤ ਨਾਲ ਅੱਜ ਮੈਂ ਤੁਹਾਨੂੰ ਮਿਲਾਉਣ ਜਾ ਰਿਹਾ ਜੀ, ਜਿਹਨੇ ਪਿਛਲੇ ਕੁਛ ਸਾਲਾਂ ਦੇ ਵਿੱਚ ਤੁਹਾਡੇ ਦਿਲ 'ਤੇ ਰਾਜ ਕੀਤਾ ਹੈ, ਤੁਹਾਨੂੰ ਬਿਹਤਰੀਨ ਫਿਲਮਾਂ ਦਿੱਤੀਆਂ ਨੇ। ਉਹਨੇ ਪੰਜਾਬੀ ਫਿਲਮ ਇੰਡਸਟਰੀ ਨੂੰ ਬੰਬੂ ਕਾਟ, ਸਾਹ ਬਹਾਦਰ, ਜੱਟ ਜੇਮਸ ਬੌਂਡ ਅਤੇ ਹੋਰ ਬਹੁਤ ਸਾਰੀਆਂ ਹਿੱਟ ਫਿਲਮਾਂ ਦਿੱਤੀਆਂ ਨੇ। ਜੀ ਹਾਂ, ਮੈਂ ਗੱਲ ਕਰ ਰਿਹਾ ਜੀ ਪੰਜਾਬੀ ਫਿਲਮ ਇੰਡਸਟਰੀ ਦੇ, ਪੰਜਾਬੀ ਜਜ਼ਬਿਆਂ ਨੂੰ ਅਤੇ ਉਹਨਾਂ ਦੀਆਂ ਕਹਾਣੀਆਂ ਨੂੰ ਬੜੇ ਪਿਆਰ ਅਤੇ ਬੜੇ ਮੋਹ ਨਾਲ ਉਹਨਾਂ ਦੀ ਤਰਜਮਾਨੀ ਕਰਨ ਵਾਲਾ ਆਲਾ ਦਰਜੇ ਦਾ ਸਕ੍ਰਿਪਟ ਰਾਈਟਰ ਜਨਾਬ ਜਸ ਗਰੇਵਾਲ ਜੀ। ਸੋ ਭਾਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਸ਼ੋਅ ਦੇ ਵਿੱਚ। ਅੱਛਾ ਭਾਈ, ਸਭ ਤੋਂ ਪਹਿਲਾਂ ਤੁਸੀਂ ਇਹ ਦੱਸੋ, ਕਿਉਂਕਿ ਐਕਟਰਸ ਨੂੰ ਇਹ ਸਵਾਲ ਬੜਾ ਪੁੱਛਿਆ ਜਾਂਦਾ ਹੈ ਅਤੇ ਡਾਇਰੈਕਟਰਸ ਨੂੰ ਬੜਾ ਪੁੱਛਿਆ ਜਾਂਦਾ ਹੈ ਕਿ ਜਦੋਂ ਫਿਲਮ ਰਿਲੀਜ਼ ਹੋਣ ਵਾਲੀ ਹੁੰਦੀ ਹੈ ਤਾਂ ਇਮੋਸ਼ਨਸ ਕੈਸੇ ਹੁੰਦੇ ਆ, ਤੁਸੀਂ ਐਜ਼ ਅ ਸਕ੍ਰਿਪਟ ਰਾਈਟਰ ਦੱਸੋ, ਦਿਲ ਕੰਮ ਹੋਮ ਕਰ ਰਹੇ? ਐਤਕੀ ਜ਼ਿਆਦਾ ਕਰ ਰਹੇ ਨੇ, ਐਤਕੀ ਪ੍ਰੋਡਿਊਸਰ ਵੀ ਹਾਂ ਜੀ, ਹੈ ਨਾ, ਇੰਤਜ਼ਾਰ ਕਿ ਛੇਤੀ ਦਿਨ ਆਵੇ ਜਦੋਂ ਮੂਵੀ ਦੇਖੀ ਸਾਨੂੰ। ਕਿਆ ਬਾਤ ਹੈ ਜੀ। ਅੱਛਾ ਭਾਜੀ, ਅਸੀਂ ਗੱਲ ਸ਼ੁਰੂ ਕਰਾਂਗੇ ਪਹਿਲਾਂ ਤੁਹਾਡੀਆਂ ਕਹਾਣੀਆਂ ਨੂੰ ਛੱਡ ਕੇ, ਤੁਹਾਡੀ ਆਪਣੀ ਜ਼ਿੰਦਗੀ ਦੀ ਕਹਾਣੀ ਤੋਂ। ਤੁਸੀਂ ਸਾਨੂੰ ਇਹ ਦੱਸੋ ਕਿ ਕਿੱਥੋਂ ਦੇ ਜੰਪਰ, ਕਿਵੇਂ ਕਿਵੇਂ ਤੁਹਾਡੀ ਬਚਪਨ ਕੈਸਾ ਰਿਹਾ, ਕਿਵੇਂ ਤੁਹਾਨੂੰ ਚਿਟਕ ਲੱਗੀ ਸਕ੍ਰਿਪਟ ਲਿਖਣ ਦੀ, ਅਤੇ ਤੁਹਾਡੀ ਪਹਿਲੀ ਫਿਲਮ ਦਾ ਸਬੱਬ ਕਿਵੇਂ ਬਣਿਆ? ਜੇ ਮੈਂ ਓਵਰਆਲ ਪੁੱਛਾਂ ਤਾਂ ਤੁਸੀਂ ਪਹਿਲੀ ਫਿਲਮ ਤੱਕ ਦਾ ਆਪਣੀ ਜ਼ਿੰਦਗੀ ਦਾ ਸਫ਼ਰ ਸਾਨੂੰ ਸੰਖੇਪ 'ਚ ਦੱਸ ਦਿਓ। ਜਾਣੋ, ਮੇਰਾ ਖੰਨੇ ਸ਼ਹਿਰ 'ਚ ਹੋਇਆ, ਖੰਨੇ ਦੇ ਕੋਲ ਮੇਰੇ ਨਾਨਕੇ ਨੇ, ਸੈਨਪੁਰਾ ਪਿੰਡ, ਮੇਰੇ ਦਾਦਕੇ ਪਰਿਵਾਰ ਦਾ ਪਿੰਡ ਹੈ ਜੀ ਨਾਭਾ, ਨਾਭੇ ਦੇ ਕੋਲ ਪਿੰਡ ਹੈ ਨਾਨੋ ਕੀ। ਮੈਂ ਨਾਨੋ ਕੀ ਦੇ ਵਿੱਚ ਜੰਮਿਆ ਪੜਿਆ, ਨਾਭੇ ਪੜ੍ਹਾਈ ਸਕੂਲਿੰਗ ਕੀਤੀ, ਬਚਪਨ ਵਧੀਆ ਰਹਿੰਦਾ ਜਿਵੇਂ ਸਾਨੂੰ ਸਾਰਿਆਂ ਦਾ ਜੀ ਲੰਘ ਗਿਆ ਵਧੀਆ ਸੀ। ਅਤੇ ਫਿਰ ਮੈਂ ਇੱਥੇ ਆ ਗਿਆ ਆਪਣਾ ਚੰਡੀਗੜ੍ਹ, ਖਾਲਸਾ ਕਾਲਜ 26 ਸੈਕਟਰ ਵਿੱਚ ਮੈਂ ਗ੍ਰੈਜੂਏਸ਼ਨ ਕੀਤੀ। ਕਾਲਜ ਦੇ ਦਿਨ ਬਹੁਤ ਸੋਹਣੇ ਲੱਗੇ, ਬਹੁਤ ਹੀ ਵਧੀਆ, ਜੁਆਇੰਟ ਫੈਮਿਲੀ 'ਚ ਹੀ ਪਲਿਆ ਬੜਿਆ ਅਤੇ ਇੱਥੇ ਵੀ ਜੁਆਇੰਟ ਫੈਮਿਲੀ 'ਚ ਹੀ, ਮਤਲਬ ਜਦੋਂ ਦੇ ਦੋਸਤ ਦੋਸਤ ਮਿਲੇ ਜੁਆਇੰਟ ਫੈਮਿਲੀ ਬਣ ਗਈ, ਅੱਜ ਤੱਕ ਸਾਰੇ ਦੋਸਤ ਇਕੱਠੇ ਹਾਂ। ਅੱਛਾ ਭਾਅ ਜੀ, ਹੁਣ ਅਸੀਂ ਗੱਲ ਕਰਾਂਗੇ ਤੁਹਾਡੇ ਸਕ੍ਰਿਪਟ ਲਿਖਣ ਦੀ ਵਿਧੀ ਦੇ ਉੱਤੇ ਥੋੜ੍ਹਾ ਬਹੁਤ, ਕਿ ਜਿਵੇਂ ਸੌਂਗ ਰਾਈਟਰਸ ਨੂੰ ਜਨਰਲੀ ਕੋਈ ਬੰਦਾ ਆਉਂਦਾ ਅਤੇ ਉਹਨਾਂ ਨੂੰ ਕਹਿੰਦਾ ਕਿ ਭਾਅ ਜੀ ਸੌਂਗ ਦਾ ਮੁੱਖੜਾ ਐਸਾ ਲਿਖੋ ਕਿ ਦੋ ਗੋਲੀਆਂ ਦਾ ਜ਼ਿਕਰ ਆਵੇ, ਕਠੂਠਾ ਆਵੇ ਅਤੇ ਭੱਲੇ ਭੱਲੇ ਹੋ ਜਾਵੇ। ਤੁਹਾਨੂੰ ਕਦੇ ਕੋਈ ਇਹੋ ਜਿਹਾ ਬੰਦਾ ਟੱਕਰਿਆ ਕਿ ਜਿਹੜਾ ਕਹੇ ਭਾਅ ਜੀ ਸਕ੍ਰਿਪਟ ਲਿਖੋ ਜਿਸ 'ਚ ਚੱਕ ਲਓ ਧਰ ਲਈ ਹੋਵੇ ਸਾਰਾ ਕੰਮ? ਭਾਅ ਜੀ, ਹੁਣ ਸਾਨੂੰ ਉਹ ਬੰਦੇ ਨਹੀਂ ਟੱਕਰਦੇ। ਅੱਛਾ ਜੀ, ਹੁਣ ਅਸੀਂ ਸੁੱਖ ਨਾਲ ਸਕ੍ਰਿਪਟ ਲਿਖਦੇ ਹਾਂ ਅਤੇ ਜਿਹੜਾ ਪ੍ਰੋਡਿਊਸਰ ਸਾਡੇ ਕੋਲ ਆਉਂਦਾ ਉਹ ਪ੍ਰੋਡਿਊਸਰ ਨੂੰ ਪਹਿਲਾਂ ਹੀ ਪਤਾ ਹੁੰਦਾ ਕਿ ਜਸ ਗਰੇਵਾਲ ਦਾ ਜਾਨਰ ਇਹੀ ਹੈ ਬਾਈ। ਹੁਣ ਕੋਈ ਹਲਵਾਈ ਦੀ ਦੁਕਾਨ 'ਤੇ ਆ ਕੇ ਪਟਾਕੇ ਦਾ ਮੰਗ ਨਹੀਂ ਜਾਂਦਾ, ਠੀਕ ਹੈ, ਪਤਾ ਹੁੰਦਾ ਵੀ ਇਹਦਾ ਇਹੀ ਜਾਨਰ ਆ, ਉਹਨੇ ਉਹੀ ਲਿਖਣਾ। ਸ਼ੁਰੂ ਸ਼ੁਰੂ ਦੇ ਵਿੱਚ ਇੱਕ ਦੋ ਬੰਦੇ ਮਿਲੇ ਸੀ, ਖੈਰ ਬੰਦੂਕਾਂ ਵਾਲੀਆਂ ਗੱਲਾਂ ਤਾਂ ਨਹੀਂ ਪਰ ਹੋਰ ਤਰ੍ਹਾਂ ਦੀਆਂ ਸਕ੍ਰਿਪਟਾਂ ਲਿਖਣ ਤੋਂ ਮੈਂ ਉਹਨੂੰ ਦੱਸਿਆ ਨਹੀਂ ਭਾਅ ਜੀ ਮੈਂ ਇਹੋ ਜਿਹੀ ਚੀਜ਼ਾਂ ਨਹੀਂ ਲਿਖ ਸਕਦਾ, ਮੇਰਾ ਉੱਧਰ ਨੂੰ ਦਿਮਾਗ ਨਹੀਂ ਕੰਮ ਕਰਦਾ। ਮੈਂ ਕਿਸਮਤ ਵਾਲਾ ਜੀ ਕਿ ਕਿਸੇ ਮੁਕਾਮ 'ਤੇ ਆ ਗਿਆ ਅਤੇ ਲੋਕ ਜਾਣਨ ਲੱਗੇ ਨਾਮ ਅਤੇ ਕੰਮ ਤੋਂ ਪਹਿਚਾਣ ਲੱਗੇ, ਹੁਣ ਫਿਰ ਉਹ ਜਿਸ ਕੰਮ 'ਚ ਮਾਹਿਰ ਆ ਉਹੀ ਕੰਮ ਅੱਗੇ ਮਿਲ ਗਿਆ ਜੀ। ਅੱਛਾ ਭਾਅ ਜੀ, ਇਸ ਫਿਲਮ ਦੇ ਵਿੱਚ ਅਸੀਂ ਟ੍ਰੇਲਰ 'ਚ ਨੋਟ ਕੀਤਾ ਕਿ ਜਿੰਮੀ ਭਾਅ ਜੀ ਦਾ ਕਿਰਦਾਰ ਆ ਜਿਹੜਾ ਬੜਾ ਦਮਦਾਰ ਕਿਰਦਾਰ ਨਜ਼ਰ ਆਇਆ, ਸੋ ਤੁਹਾਡੀ ਨਜ਼ਰ 'ਚ ਮਹਿਤਾਬ ਸਿੰਘ ਕੌਣ? ਮਹਿਤਾਬ ਸਿੰਘ ਬਹੁਤ ਵਧੀਆ ਕੈਰੈਕਟਰ ਆ ਜੀ। ਮਹਿਤਾਬ ਸਿੰਘ ਇੱਕ ਫੌਜੀ ਆ, ਹਿੰਦੁਸਤਾਨ ਚੀਨ ਨਾਲ ਜੰਗ ਖਤਮ ਹੋ ਚੁੱਕੀ ਆ ਅਤੇ ਜੰਗ ਦਾ ਅੰਜਾਮ ਚੀਨ ਦੇ ਫੇਵਰ 'ਚ ਹੋ ਚੁੱਕਿਆ। ਮਹਿਤਾਬ ਸਿੰਘ ਦੇ ਬਹੁਤ ਦੋਸਤ ਜੰਗ 'ਚ ਮਰ ਚੁੱਕੇ ਨੇ। ਮਹਿਤਾਬ ਸਿੰਘ ਦੀ ਡਿਊਟੀ ਆ ਕਿ ਉਹ ਪੰਜਾਬ ਜਾਵੇ ਅਤੇ ਘਰ ਘਰ ਜਾ ਕੇ ਦੱਸੇ ਥੋੜ੍ਹਾ ਮੁੰਡਾ ਜੀ ਹੋ ਗਿਆ। ਉਹ ਬਹੁਤ ਬੜਾ ਜ਼ਖਮ ਮਹਿਤਾਬ ਸਿੰਘ ਦੇ ਦਿਲ 'ਤੇ ਲੱਗਿਆ। ਮਹਿਤਾਬ ਸਿੰਘ ਆਪ ਉਹ ਬੰਦਾ ਸੀ ਜਿਹੜਾ ਵੰਡ ਤੋਂ ਬਾਅਦ ਪਾਕਿਸਤਾਨ ਦੇ ਸਿਆਲਕੋਟ ਤੋਂ ਇਕੱਲਾ ਬਠਿੰਡੇ ਆਇਆ ਸੀ ਅਤੇ ਜਿਹਦਾ ਪਰਿਵਾਰ ਹੈ ਨਹੀਂ, ਪਰ ਹੁਣ ਉਹਨੂੰ ਪਹਿਲੀ ਵਾਰ ਪਤਾ ਲੱਗ ਰਿਹਾ ਪਰਿਵਾਰ ਕੀ ਜੀ ਰਹੀ ਹੈ। ਉਹ ਵੀ ਉਦੋਂ ਜਦੋਂ ਆਪਦੇ ਦੋਸਤਾਂ ਦੀ ਮੌਤ ਦੀ ਖਬਰ ਉਹਦੇ ਘਰੇ ਜਾ ਕੇ ਸੁਣਾ ਰਿਹਾ, ਅੱਗੇ ਇਸੇ ਜਰਨੀ 'ਚ ਉਹਦਾ ਦਾਣਾ ਪਾਣੀ ਲਿਖਿਆ ਹੁੰਦਾ ਜੋ ਅੱਗੇ ਚੱਲ ਕੇ ਸਾਹਮਣੇ। ਬਹੁਤ ਸੋਹਣਾ ਕਰੈਕਟਰ ਆ ਭਾਜੀ ਜਿਹੜਾ ਤੁਸੀਂ ਦੱਸਿਆ। ਸੋ ਇੱਦਾਂ ਹੀ ਤੁਸੀਂ ਇੱਕ ਕਰੈਕਟਰ ਦਿਖਾਇਆ ਜੀ ਬਸੰਤ ਕੌਰ ਦਾ, ਬਸੰਤ ਕੌਰ ਬਿਲਕੁਲ ਹੀ ਓਪੋਜ਼ਿਟ ਕਰੈਕਟਰ ਆ, ਜਿੰਨੇ ਐਗਰੈਸਿਵ ਭਾਜੀ ਲੱਗ ਰਹੇ ਟ੍ਰੇਲਰ ਦੇ ਵਿੱਚ ਉੰਨੀ ਹੀ ਸ਼ਾਂਤ ਲੱਗ ਗਈ ਜੀ ਬਸੰਤ ਕੌਰ।
ਇਹ ਕੰਟਰਾਸਟ ਕਿਵੇਂ, ਇਹ ਬਸੰਤ ਕੌਰ ਦਾ ਕੈਰੈਕਟਰ ਕੌਣ ਹੈ, ਕੈਸਾ ਕੈਰੈਕਟਰ ਹੈ? ਬਸੰਤ ਕੌਰ ਦਾ ਕੈਰੈਕਟਰ ਬਹੁਤ ਹੀ ਪਿਆਰਾ ਕਰਦਾ ਸਾਰਾ ਜੀ। ਬਸੰਤ ਕੌਰ ਇੱਕ ਇੱਕ ਇੰਤਜ਼ਾਰ 'ਚ ਜ਼ਿੰਦਗੀ ਗੁਜ਼ਾਰ ਰਹੀ ਹੈ। ਸੋ ਬਸੰਤ ਕੌਰ ਬਹੁਤ ਹੀ ਭੋਲੀ ਪਿੰਡ ਦੀ ਮਾਸੂਮ ਕੁੜੀ ਆ, ਅਤੇ ਜਿਹੜੀ ਆਪਦੇ ਦਾਦੇ ਦੇ ਫੈਸਲਿਆਂ ਦੇ ਆਪਣੀ ਜ਼ਿੰਦਗੀ ਗੁਜ਼ਾਰ ਰਹੀ ਹੈ। ਸੋ ਬਸੰਤ ਕੌਰ ਦੇ ਕਿਰਦਾਰ ਬਾਰੇ ਜ਼ਿਆਦਾ ਦੱਸੂਗਾ ਤਾਂ ਕਹਾਣੀ ਭੁੱਲ ਜੂਗੀ, ਜੋ ਮੈਂ ਭੁੱਲਣਾ ਨਹੀਂ ਚਾਹੁੰਦਾ। ਬਸੰਤ ਕੌਰ ਬਹੁਤ ਮਾਸੂਮ ਕੁੜੀ ਆ ਜੋ ਕਿਸੇ ਦਾ ਬੁਰਾ ਨਹੀਂ ਚਾਹੁੰਦੀ ਅਤੇ ਜ਼ਿੰਦਗੀ 'ਚ ਸਿਰਫ ਨੇਕੀ ਅਤੇ ਪਿਆਰ ਹੀ ਚਾਹੁੰਦੀ ਆ, ਅਤੇ ਪਰ ਰੱਬ ਨੂੰ ਸਰੈਂਡਰ। ਸੋ ਉਹ ਸਰੈਂਡਰਡ ਹੋਣ ਕਰਕੇ ਆਖਰ ਨੂੰ ਬਸੰਤ ਕੌਰ ਦੀ ਜ਼ਿੰਦਗੀ ਖੁਸ਼ ਜ਼ਿੰਦਗੀ ਗੁਜ਼ਾਰਦੀ ਆ। ਬਸੰਤ ਕੌਰ ਜਿਹੜੀ ਮੇਰੀ ਜ਼ਿੰਦਗੀ ਕੋਈ ਫਿਲਮ ਦਾ ਮੂਲ ਫਿਲੋਸਫੀ ਆ, ਉਹ ਬਸੰਤ ਕੌਰ ਦੇ ਕਿਰਦਾਰ ਦੇ ਜ਼ਰੀਏ ਹੀ ਮੈਂ ਕਹਿ ਰਿਹਾ। ਭਾਅ ਜੀ, ਤੁਹਾਡੀਆਂ ਹੁਣ ਤੱਕ ਜਿੰਨੀਆਂ ਫਿਲਮਾਂ ਆਈਆਂ ਬੜੀਆਂ ਮੁਕੰਮਲ ਦੀਆਂ ਫਿਲਮਾਂ ਹੁੰਦੀਆਂ, ਉਹਨਾਂ 'ਚ ਤੁਹਾਨੂੰ ਹਰ ਰਸ ਮਿਲਦਾ ਹੈ ਐਂਟਰਟੇਨਮੈਂਟ ਵਾਈਜ਼ ਵੀ ਅਤੇ ਆਰਟ ਪੁਆਇੰਟ ਆਫ ਵਿਊ ਤੋਂ। ਸੋ ਇੱਕ ਮੈਸੇਜ ਜ਼ਰੂਰ ਹੁੰਦਾ ਹਰ ਫਿਲਮ ਦੇ ਵਿੱਚ, ਇਹ ਫਿਲਮ ਲੋਕਾਈ ਨੂੰ ਕੀ ਕਹਿ ਰਹੀ? ਸਰੈਂਡਰ, ਰੱਬ ਦੀ ਰਜ਼ਾ 'ਚ ਆਤਮ ਸਮਰਪਣ। ਦਾਣਾ ਪਾਣੀ ਉਹੀ ਜਿਵੇਂ ਵੀਰ ਦੀ ਮੈਂ ਲਾਈਨ ਦੱਸੀ, ਉਹਨੇ ਪਹਿਲਾਂ ਲਿਖਿਆ ਤੇਰੀ ਨਜ਼ਰ ਵਿੱਚ ਆਇਆ ਤੈਨੂੰ ਤਾਂ ਨਹੀਂ ਦੇਖਿਆ। ਹਾਂਜੀ ਹਾਂਜੀ। ਅੱਛਾ ਭਾਈ, ਮੈਂ ਤੁਹਾਡੀ ਬਹੁਤ ਸਾਰੀ ਰਿਸਰਚ ਦੇ ਦੌਰਾਨ ਪਤਾ ਲੱਗਿਆ ਤੁਹਾਡੇ ਬਾਰੇ ਕਿ ਤੁਸੀਂ ਇਹ ਕਹਿੰਦੇ ਹੋ ਕਿ ਤਜ਼ਰਬਿਆਂ 'ਚੋਂ ਇਨਸਾਨ ਦੇ ਕਹਾਣੀਆਂ ਨਿਕਲਦੀਆਂ ਨੇ, ਅਤੇ ਜੇ ਮੈਂ ਗੱਲ ਕਰਾਂ ਕਿ ਪੜ੍ਹਨਾ ਕਿੰਨਾ ਕੁ ਜ਼ਰੂਰੀ ਹੈ, ਚੰਗਾ ਸਾਹਿਤ ਪੜ੍ਹਨਾ ਕਿਸੇ ਸਕ੍ਰਿਪਟ ਰਾਈਟਰ ਲਈ ਕਿੰਨਾ ਜ਼ਰੂਰੀ ਹੈ? ਭਾਈ ਮੈਂ ਬਹੁਤ ਘੱਟ ਸਾਹਿਤ ਪੜ੍ਹਿਆ। ਅੱਛਾ, ਦੇਖੋ ਜ਼ਰੂਰੀ ਹੈ ਕਿਉਂਕਿ ਮੈਂ ਅਕਸਰ ਕਹਿਣਾ ਹੁੰਦਾ ਕਿ ਮੁਨਸ਼ੀ ਪ੍ਰੇਮਚੰਦ ਦੀਆਂ ਕਹਾਣੀਆਂ ਤੋਂ ਮੈਂ ਮੇਰੇ ਜ਼ਹਿਨ 'ਤੇ ਪ੍ਰਭਾਵ ਆ ਉਹਨਾਂ ਕਹਾਣੀ ਦਾ, ਸ਼ਾਇਦ ਮੇਰੀ ਕਹਾਣੀ ਦੇ ਵਿੱਚ ਉਹਨਾਂ ਕਹਾਣੀ ਦੀ ਸਰਲਤਾ, ਮੇਰੇ ਸੰਵਾਦ ਦੇ ਵਿੱਚ ਮੁਨਸ਼ੀ ਪ੍ਰੇਮਚੰਦ ਦੇ ਸੰਵਾਦ ਦੀ ਸਰਲਤਾ ਹਮੇਸ਼ਾ ਰਹਿੰਦੀ। ਸੋ ਹਾਂ, ਮੈਂ ਉੱਥੋਂ ਪ੍ਰਭਾਵਿਤ ਹਾਂ ਤਾਂ ਮੈਂ ਕਹੂੰਗਾ ਕਿ ਪੜ੍ਹਨਾ ਅੱਛੀ ਗੱਲ ਹੈ, ਪੜ੍ਹਨਾ ਚਾਹੀਦਾ। ਦੇਖੋ ਸਰ, ਜੇ ਤੁਸੀਂ ਚਾਹ ਬਣਾਉਂਦੇ ਹੋ ਤਾਂ ਪੱਤੀ ਤਾਂ ਪਊਗੀ, ਉਹ ਪਾਣੀ ਵੀ ਪਊਗਾ। ਹੁਣ ਤੁਸੀਂ ਵੱਧ ਘੱਟ ਪਾ ਸਕਦੇ ਹੋ, ਘੱਟ ਪਾ ਸਕਦੇ ਹੋ, ਕਾਫੀ ਘੱਟ ਪਾ ਸਕਦੇ ਹੋ, ਲੇਕਿਨ ਕੁਛ ਤਾਦਾਦ ਤਾਂ ਪਾਉਣੀ ਪੈਣੀ ਹੈ। ਸੋ ਫਿਲਮਾਂ ਦੇਖਣੀਆਂ ਵੀ ਜ਼ਰੂਰੀ ਨੇ, ਫਿਲਮਾਂ ਲਿਟਰੇਚਰ ਪੜ੍ਹਨਾ ਵੀ ਜ਼ਰੂਰੀ ਆ। ਹਾਂ, ਲੇਕਿਨ ਇੱਕ ਟਾਈਮ ਤੋਂ ਬਾਅਦ ਜਾ ਕੇ ਤੁਹਾਡੀ ਜ਼ਿੰਦਗੀ ਕਿਤਾਬ ਬਣ ਜਾਣੀ ਚਾਹੀਦੀ ਹੈ ਅਗਰ ਤੁਸੀਂ ਅੱਛੇ ਰਹਿ। ਜ਼ਿੰਦਗੀ ਕਿਤਾਬ ਬਣ ਜਾਣੀ ਚਾਹੀਦੀ ਹੈ, ਜੋ ਤੁਸੀਂ ਪੜ੍ਹਦੇ ਹੋ ਹਰ ਚੀਜ਼ ਹਰ ਸ਼ਖਸ ਨੂੰ। ਯੂ ਸ਼ੁੱਡ ਬੀ ਇੰਟਰਸਟਿਡ ਇਨ ਪੀਪਲ, ਲੋਕ ਤੁਹਾਡੇ ਕੋਲ। ਜੀ ਭਾਈ, ਤੁਸੀਂ ਲੋਕਾਂ ਦੀ ਗੱਲ ਕੀਤੀ ਹੈ, ਮੈਂ ਨਾ ਜਦੋਂ ਪਿਛਲੀ ਵਾਰੀ ਗੱਲ ਹੋਈ ਸੀ ਮੈਂ ਨਾਲ, ਤਾਂ ਉਹਨਾਂ ਨੂੰ ਮੈਂ ਇਹੀ ਪੁੱਛਿਆ ਕਿ ਤੁਹਾਡਾ ਇੱਕ ਫੈਕਟਰ ਦੱਸੋ ਕਿ ਤੁਸੀਂ ਇਹ ਫਿਲਮ ਫੜ ਦਿਨ ਕਿਉਂ ਚੂਜ਼ ਕੀਤੀ। ਤਾਂ ਉਹਨਾਂ ਨੇ ਫੜ ਦਿਨ ਜਵਾਬ ਦਿੱਤਾ ਕਿ ਜਸ ਗਰੇਵਾਲ ਦੇ। ਸੋ ਇੰਨੀ ਸਮਝ ਆਪਸ 'ਚ, ਪ੍ਰੋਫੈਸ਼ਨਲ ਸਮਝ ਅਤੇ ਪਲੱਸ ਇੰਨਾ ਲਗਾਵ ਹੋਣਾ, ਇਹਦੀ ਕੋਈ ਖਾਸ ਵਜ੍ਹਾ ਜਾਂ ਤੁਹਾਨੂੰ ਕੀ ਉਹਨਾਂ ਸ਼ਖਸੀਅਤ ਦੇ ਵਿੱਚ ਸਭ ਤੋਂ ਖਾਸ ਗੱਲ ਲੱਗਦੀ ਹੈ ਕਿ ਸਿੰਮੀ ਚਾਹ ਬਹੁਤ ਖਾਸ ਹੈ ਇਸ ਕਰਕੇ ਮੈਂ ਵਾਰ ਵਾਰ ਕੰਮ ਕਰਦਾ? ਸਿੰਮੀ ਛੋਟੀ ਭੈਣ ਆ ਮੇਰੀ। ਹਾਂਜੀ ਹਾਂਜੀ। ਅਸੀਂ ਬਾਇਓਲੋਜੀਕਲ ਭੈਣ ਭਰਾ ਤਾਂ ਨਹੀਂ, ਪਰ ਸਿਨੇਮਾ 'ਚ ਆ ਕੇ ਜਦੋਂ ਤੁਸੀਂ ਕੁਲੀਗ ਹੁੰਦੇ ਹੋ, ਇਕੱਠੇ ਕੰਮ ਕਰਦੇ ਹੋ, ਤਾਂ ਇੱਕ ਰਿਸ਼ਤਾ ਡਿਵੈਲਪ ਹੋ ਜਾਂਦਾ। ਤਾਂ ਬਹੁਤ ਸਤਿਕਾਰ ਕਰਦੀ ਹੈ ਮੇਰਾ, ਮੈਂ ਵੀ ਉਹਨੂੰ ਬੜਾ ਪਿਆਰ ਕਰਦਾ। ਸਿੰਮੀ ਬਹੁਤ, ਮੈਨੂੰ ਇਹ ਲੱਗਦਾ ਹੁੰਦਾ ਕਿ ਮੇਰੇ ਕਿਰਦਾਰਾਂ ਨੂੰ ਸਿੰਮੀ ਬਹੁਤ ਸੋਹਣਾ ਦੱਸਾਉਂਦੀ, ਖਾਸ ਕਰਕੇ ਪਿਛਲੇ 2-3 ਸਾਲ ਤੋਂ ਤਾਂ ਇਹ ਚੱਲ ਰਿਹਾ। ਅੱਗੇ ਜਾ ਕੇ ਮੇਰੇ ਕਿਰਦਾਰਾਂ 'ਚ ਇੱਕ ਨਵਾਂ ਰੰਗ ਆਵੇ ਅਤੇ ਮੈਨੂੰ ਉਹ ਕੋਈ ਹੋਰ ਕਿਰਦਾਰ ਐਕਟਰ ਵੀ ਉਸ ਰੰਗ 'ਚ ਵਧੀਆ ਲੱਗੇ, ਜਿਸ ਰੰਗ 'ਚ ਮੈਂ ਹੋਣਾ, ਮੈਨੂੰ ਸਿੰਮੀ ਬਹੁਤ ਵਧੀਆ ਲਾਉਂਦੀ ਹੈ ਐਕਟਰ। ਸਿੰਮੀ ਮੇਰੇ ਕਿਰਦਾਰਾਂ ਨੂੰ ਬਹੁਤ ਵਧੀਆ ਨਿਭਾਉਂਦੀ ਹੈ ਅਤੇ ਬਿਹਤਰੀਨ ਆ, ਅਤੇ ਸਾਡੀ ਇੱਕ ਨਾ ਸਾਡੀ ਅੰਡਰਸਟੈਂਡਿੰਗ ਬਹੁਤ ਵਧੀਆ ਹੋ ਗਈ ਸਿੰਮੀ। ਮੈਨੂੰ ਸਿੰਮੀ ਨੂੰ ਦੱਸਣ ਦੀ, ਸਿੰਮੀ ਮੇਰੀ ਅੱਧੀ ਗੱਲ ਬੋਲ ਕੇ ਸਮਝ ਆਉਂਦੀ ਹੈ ਅਤੇ ਕਹਿੰਦੇ ਕਿ ਬਸ ਹੁਣ ਤੁਸੀਂ ਦੇਖਿਓ, ਮੈਂ ਕਰਕੇ ਦਿਖਾਉਂਦੀ। ਆਪਣੀਆਂ ਫਿਲਮਾਂ 'ਚ ਭਾਅ ਜੀ ਇੰਨੇ ਸੋਹਣੇ ਰਿਸ਼ਤਿਆਂ ਨੂੰ ਪੋਰਟਰੇਟ ਕਰਨ ਵਾਲਾ ਬੰਦਾ, ਰਿਸ਼ਤਿਆਂ ਦੀ ਅਹਿਮੀਅਤ ਤਾਂ ਓਬਵੀਅਸਲੀ ਗੱਲ ਰੱਖਦਾ। ਓਬਵੀਅਸਲੀ ਗੱਲ। ਅੱਛਾ ਭਾਅ ਜੀ, ਜੇ ਮੈਂ ਤੁਹਾਨੂੰ ਪੁੱਛਾਂ ਕਿ, ਕਿਉਂਕਿ ਮੈਂ ਐਕਟਰ ਹਾਂ ਅਤੇ ਮੈਂ ਇਹ ਗੱਲ ਸਮਝਦਾ ਕਿ ਤੁਹਾਡੇ ਜਿਹੜੇ ਕਰੈਕਟਰ ਨੇ ਉਹ ਬੜੇ ਰੀਅਲ ਹੁੰਦੇ, ਅਤੇ ਕਿਸੇ ਵੀ ਐਕਟਰ ਦਾ ਇਹ ਸੁਪਨਾ ਜਿਹਾ ਹੁੰਦਾ ਕਿ ਮੈਨੂੰ ਮੌਕਾ ਮਿਲੇ ਕਦੇ ਐਸੇ ਕਿਰਦਾਰ ਕਰਨ ਦਾ, ਜਿਹੜੇ ਘਰ ਕਰਦੇ, ਜਿਹੜੇ ਮਾਵਾਂ ਨੂੰ ਪਸੰਦ ਆਉਂਦੇ, ਜਿਹੜੇ ਪਿਓਵਾਂ ਨੂੰ ਪਸੰਦ ਆਉਂਦੇ, ਬਜ਼ੁਰਗਾਂ ਨੂੰ ਪਸੰਦ ਆਉਂਦੇ। ਸੋ ਕਿਰਦਾਰ ਸਾਰੀ ਵੇਲੇ ਤੁਸੀਂ ਕੀ ਗੱਲਾਂ ਖਾਸ ਦਿਮਾਗ 'ਚ ਰੱਖਦੇ ਹੋ ਕਿ ਯਾਰ ਕਿਰਦਾਰ ਕੈਸਾ ਵੀ ਹੋਵੇ, ਨੈਗੇਟਿਵ ਤੋਂ ਨੈਗੇਟਿਵ ਸ਼ੇਡ ਹੋਵੇ ਕਿਰਦਾਰ, ਪਰ ਉਹਦੇ 'ਚ ਆਹ ਗੱਲਾਂ ਜ਼ਰੂਰ ਹੋਣਗੀਆਂ?
ਸਰ ਦੇਖੋ ਕਿਰਦਾਰ ਸਾਰੇ ਜਿਹੜੇ ਇਹ ਤਾਂ ਚੀਜ਼ ਰਹਿੰਦੀ ਹੋਵੇ ਕਿ ਵੀ ਕਿਰਦਾਰ ਕਹਾਣੀ ਕਹਾਣੀ ਦਾ ਹੀ ਹਿੱਸਾ ਅਤੇ ਕਹਾਣੀ ਦੇ ਅੰਦਰ ਅੰਦਰ ਹੀ ਉਹ ਕਿਰਦਾਰ ਨੇ ਰਹਿਣਾ, ਕਹਾਣੀ ਦੇ ਹੱਦਬੰਦੀਆਂ 'ਚ ਕਿਰਦਾਰ ਨੇ ਰਹਿਣਾ। ਮੇਰਾ ਜ਼ਿਆਦਾ ਕੰਸਰਨ ਕਿਰਦਾਰ, ਦੇਖੋ ਤੁਸੀਂ ਇਨਸਾਨ ਚੰਗੇ ਹੋ ਜਾਂ ਮਾੜੇ ਹੋ, ਪਰ ਅਗਰ ਤੁਸੀਂ ਕਹਾਣੀ ਲਿਖਦੇ ਹੋ ਤਾਂ ਤੁਸੀਂ ਰਾਮ ਨੂੰ ਵੀ ਲਿਖੋਗੇ, ਰਾਵਣ ਨੂੰ ਵੀ ਲਿਖੋ। ਰਾਵਣ ਵੀ ਤੁਹਾਡਾ ਕਿਰਦਾਰ ਆ, ਰਾਮ ਵੀ ਤੁਹਾਡਾ ਕਿਰਦਾਰ ਆ, ਆਪ ਤੁਸੀਂ ਭਾਵੇਂ ਰਾਵਣ ਵਰਗੇ ਭਾਵੇਂ ਰਾਮ ਵਰਗੇ, ਕਿਰਦਾਰ ਤੁਹਾਡੇ ਦੋਵੇਂ ਨੇ। ਮੈਂ ਇੱਕੋ ਚੀਜ਼ 'ਤੇ ਧਿਆਨ ਦਿੰਦਾ, ਓਥੈਂਟਿਕ ਰੀਅਲ, ਕਿ ਇੰਨ ਬਿੰਨ ਜਿਵੇਂ ਦੇ ਹੁੰਦੇ ਨੇ ਹੁੰਦੇ ਉਵੇਂ ਦਾ ਹੀ ਲਿਖਣਾ, ਉਹਦਾ ਹੀ ਦੇਖਣ ਦਾ ਮਜ਼ਾ ਆਉਂਦਾ ਆਪ ਨੂੰ ਵੀ ਲੋਕਾਂ ਨੂੰ। ਉਸ ਚੀਜ਼ ਮੈਂ ਅਤੇ ਮੇਰੇ ਹੋਰ ਕੁਛ ਨਾਲ ਦਿਆਂ ਦਾ ਧਿਆਨ ਹੀ ਸਾਡਾ ਇਸ ਗੱਲ ਦਿੰਦਾ ਵੀ ਯਾਰ ਐਨ ਜਮਾਂ ਅਸਲ ਕਰਦੀ ਹੈ, ਸਾਨੂੰ ਉਸ ਗੱਲ 'ਚ ਬਹੁਤ ਸਵਾਲ ਆਉਂਦਾ। ਅਤੇ ਇਹਨਾਂ ਕਿਰਦਾਰਾਂ ਨੂੰ ਭਾਅ ਜੀ ਫਿਰ ਪਰਦੇ 'ਤੇ ਲਿਆਉਣ ਲਈ ਚੰਗੇ ਡਾਇਰੈਕਟਰ ਦੀ ਵੀ ਲੋੜ ਹੁੰਦੀ ਹੈ। ਤਰਨਵੀਰ ਜਗਪਾਲ ਭਾਅ ਜੀ ਕਿੰਨੀ ਕੁ ਇਸ ਗੱਲ ਵਿੱਚ ਉਹਨਾਂ ਦੀ ਕੰਟਰੀਬਿਊਸ਼ਨ ਕਿੰਨੀ ਕੁ? ਤਰਨ ਅਤੇ ਮੇਰੀ ਅੰਡਰਸਟੈਂਡਿੰਗ ਬਹੁਤ ਹੋਈ ਹੈ, ਅਸੀਂ ਲਿਖਦੇ ਵੀ ਇਕੱਠੇ ਬਹਿ ਗਏ, ਅਸੀਂ ਡਾਇਰੈਕਟਰ ਵੀ ਇਕੱਠੇ ਬਹਿ ਗਏ, ਸਾਡੀ ਅੰਡਰਸਟੈਂਡਿੰਗ ਬਹੁਤ ਵਧੀਆ। ਇਸ ਲਈ ਮੈਨੂੰ ਤਾਂ ਤਰਨ ਬਹੁਤ ਵਧੀਆ ਲੱਗਦਾ, ਮੈਂ ਤਾਂ ਮੇਰੇ ਨੰਬਰ ਵਨ ਚੋਇਸ ਹਾਂ। ਅੱਛਾ ਭਾਅ ਜੀ, ਇਸ ਮੂਵੀ ਨੂੰ ਦੇਖਣ ਜਾਣ 'ਤੇ ਸਾਡੀ ਪੰਜਾਬੀ ਆਡੀਅੰਸ ਕੀ ਆਸ ਲੈ ਕੇ ਜਾਵੇ? ਸਰ ਬਿਹਤਰੀਨ ਫਿਲਮ, ਬਹੁਤ ਹੀ ਵਧੀਆ ਫਿਲਮ, ਦਿਲ ਖੁਸ਼ ਹੋ ਜਾਊਗਾ ਫਿਲਮ ਦੇਖ ਕੇ। ਅਤੇ ਦਿਲ ਖੁਸ਼ ਹੋ ਜਾਊ, ਇੱਕ ਬਹੁਤ ਵੱਡਾ ਐਂਟਰਟੇਨਮੈਂਟ, ਇੱਕ ਤੁਹਾਡੀ ਆਪ ਦੀ ਜ਼ਿੰਦਗੀ ਨਾਲ ਜੁੜੀ ਹੋਈ ਫਿਲਮ, ਅਤੇ ਬਹੁਤ ਪਿਆਰੀ ਫਿਲਮ ਅਤੇ ਖੂਬਸੂਰਤ। ਅੱਛਾ ਭਾਅ ਜੀ, ਆਖਰ 'ਚ ਜੇ ਤੁਸੀਂ ਸਾਡੀ ਆਡੀਅੰਸ ਨੂੰ ਕੋਈ ਵੀ ਸੁਨੇਹਾ ਦੇਣਾ ਚਾਹੁੰਦੇ ਹੋ ਤਾਂ ਜ਼ਰੂਰ। ਸੁਨੇਹਾ ਇਹੀ ਹੈ ਜੀ ਕਿ ਵਕਤ ਹਮੇਸ਼ਾ ਗੁਜ਼ਰਦਾ ਜਾ ਰਿਹਾ ਹੈ ਨਾ, ਅੱਜ ਜਿੱਥੇ ਨੇ ਕੱਲ੍ਹ ਰਹਿਣਾ ਨਹੀਂ, ਅੱਜ ਤੁਸੀਂ ਜਿੰਨੇ ਜਵਾਨ ਹੋ ਉਹਨੇ ਕੱਲ੍ਹ ਨਹੀਂ ਹੋ, ਜੇ ਤੁਸੀਂ ਬੱਚੇ ਹੋ ਜਾਂ ਤੁਸੀਂ ਜਵਾਨ ਹੋ ਜਾਂ ਬੁੱਢੇ ਹੋ, ਬੁਢੇਪੇ ਅਤੇ ਮੌਤ ਨੂੰ ਨਹੀਂ ਯਾਦ ਰੱਖੋ, ਸ਼ਾਇਦ ਇਹੀ ਇੱਕ ਸੁਨੇਹਾ ਯਾਦ ਰੱਖੋ। ਬਹੁਤ ਸੋਹਣਾ, ਬਹੁਤ ਸੋਹਣਾ ਭਾਅ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਨੂੰ ਵਕਤ ਦਿੱਤਾ। ਸੋ ਦੋਸਤੋ, ਇਹ ਸੀ ਅੱਜ ਦਾ ਗੱਲਬਾਤ ਸ਼ੋਅ, ਅਤੇ ਹਰ ਵਾਰ ਮੈਂ ਤੁਹਾਨੂੰ ਇਹ ਸ਼ੋਅ ਦੇ ਐਂਡ 'ਚ ਇੱਕ ਸ਼ੇਅਰ ਸੁਣਾਉਂਦਾ ਹੁੰਦਾ। ਅੱਜ ਮੈਂ ਸ਼ਾਹ ਮੁਹੰਮਦ ਦੀ ਵਾਰ ਦੇ ਵਿੱਚੋਂ ਦੂਜਾ ਬੰਦ ਸੁਣਾਉਣ ਲੱਗਿਆ ਜੀ। ਉਹ ਬੰਦ ਇਸ ਤਰ੍ਹਾਂ ਹੈ ਕਿ ਇੱਥੇ ਆਇਆ ਨੂੰ ਦੁਨੀਆ ਏ ਮੋਹ ਲੈਂਦੀ, ਦਗੇਬਾਜ਼ਾਂ ਦਾ ਧਾਰ ਕੇ ਭੇਸ ਮੀਆਂ, ਸਦਾ ਨਹੀਂ ਜਵਾਨੀ ਅਤੇ ਐਸ਼ ਮਾਪੇ, ਸਦਾ ਨਹੀਂ ਬਾਲ ਬਰੇਸ ਮੀਆਂ, ਸਦਾ ਨਹੀਂ ਦੌਲਤਾਂ ਫੀਲ ਘੋੜੇ, ਸਦਾ ਨਹੀਂ ਰਾਜਿਆਂ ਦੇਸ ਮੀਆਂ, ਸ਼ਾਹ ਮੁਹੰਮਦ ਦਾ ਸਦਾ ਨਹੀਂ ਰੂਪ ਦੁਨੀਆ, ਸਦਾ ਰਹਿਣੇ ਨਾ ਕਾਲੜੇ ਕੇਸ ਮੀਆਂ। ਸੋ ਪਿਆਰਿਓ, ਪਿਆਰ ਕਰੋ ਅਤੇ ਲੋਕਾਂ ਨੂੰ ਪਿਆਰ ਦਿਓ, ਅਤੇ ਨਾਲ ਸਾਡੇ ਥੱਲੇ ਕਮੈਂਟ ਵੀ ਕਰੋ, ਸਾਨੂੰ ਦੱਸੋ ਕਿ ਤੁਹਾਨੂੰ ਅੱਜ ਦਾ ਸ਼ੋਅ ਕੈਸਾ ਲੱਗਾ, ਅਸੀਂ ਤੁਹਾਡੀ ਫੀਡਬੈਕ ਦਾ ਇੰਤਜ਼ਾਰ ਕਰਾਂਗੇ। ਅਤੇ ਤੁਸੀਂ ਵੇਖਦੇ ਰਹੋ ਸਾਡਾ ਸ਼ੋਅ, ਅਗਲੀ ਵਾਰੀ ਫਿਰ ਕਿਸੇ ਫਨਕਾਰ ਨਾਲ ਮਿਲਾਵਾਂਗੇ। ਉਦੋਂ ਤੱਕ ਲਈ ਨਰਜੀਤ ਸਿੰਘ ਵੱਲੋਂ